ਹਾਂਜੀ ਦੋਸਤੋ ਐਮੜੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ 10ਵੀਂ ਤੁਸੀਂ ਕੀਤੀ ਹੈ ਜਾਂ ਪਲੱਸ 2 ਕੀਤੀ ਹੈ ਜੀ ਉਸ ਦੇ ਲਈ ਪੋਸਟਾਂ ਅਨਾਉਂਸ ਹੋ ਚੁੱਕੀਆਂ ਨੇ ਜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜੀ ਇਹ ਪੋਸਟਾਂ ਅਨਾਉਂਸ ਕੀਤੀਆਂ ਗਏ ਨੇ ਜੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਇਸ ਵੀਡੀਓ ਦੇ ਵਿੱਚ ਪੂਰਾ ਅੰਤ ਤੱਕ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਇਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਬਣ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਹਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਅਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਕ੍ਰੀਨ ਦੇ ਉੱਤੇ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦਿਖ ਰਿਹਾ ਹੋਵੇਗਾ ਜੀ ਇਸ ਨੂੰ ਫਾਰਮ ਨੂੰ ਤੁਸੀਂ ਫਿਲ ਕਰਕੇ ਭੇਜਣਾ ਹੋਵੇਗਾ ਜੀ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਜੀ ਫਾਰਮ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਵੋ ਜੀ ਇਸ ਨੂੰ ਪੂਰਾ ਕੰਪਲੀਟ ਭਰ ਕੇ ਜਿਸ ਦੇ ਨਾਲ ਦਸਤਾਵੇਜ਼ ਲਗਾ ਲੈਣੇ ਨੇ ਜੀ ਹੁਣ ਆਪਾਂ ਨੋਟੀਫਿਕੇਸ਼ਨ ਦੇ ਵੱਲ ਵੱਧਦੇ ਹਾਂ ਜੀ ਨੋਟੀਫਿਕੇਸ਼ਨ ਕੀ ਜਾਰੀ ਕੀਤਾ ਗਿਆ ਹੈ ਹਾਂਜੀ ਦੋਸਤੋ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਿਸ ਦੇ ਵਿੱਚ ਹੈ ਜੀ ਜੀਐਸ ਖੋਸ਼ ਇੰਸਟੀਚਿਊਟ ਆਫ ਜੇਨੇਟਿਕਸ ਪlant ਬਰੀਡਿੰਗ ਐਂਡ ਬਾਇਓਟੈਕਨੋਲੋਜੀ ਪੀਜੀਲੂਧਿਆਣਾ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਸੀਨੀਅਰ ਲੈਬ ਐਂਡ ਫੀਲਡ ਹੈਲਪਰ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੋ ਕਿ ਪੋਸਟਾਂ ਦੀ ਗਿਣਤੀ 18 ਅਨਾਉਂਸ ਕੀਤੀ ਗਈ ਹੈ ਤਨਖਾਹ ਦੀ ਗੱਲ ਕਰੀਏ ਤਾਂ 10870 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੋ ਕਿ ਡਿਵੈਲਪਮੈਂਟ ਐਂਡ ਇੰਟੀਗ੍ਰੇਸ਼ਨ ਆਫ ਐਡਵਾਂਸਡ ਜੀਓਮੈਟ ਜੀਨੋਮਿਕ ਜੇਨੋਮਿਕ ਟੈਕਨੋਲੋਜੀਜ਼ ਫਾਰ ਟਾਰਗੇਟਡ ਬਰੀਡਿੰਗ ਸੀਐਸਐਸ 52 ਜੋ ਕਿ ਗਵਰਨਮੈਂਟ ਆਫ ਇੰਡੀਆ ਦੁਆਰਾ ਫੰਡ ਕੀਤਾ ਜਾਵੇਗਾ ਜੀ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਡੀਬੀਟੀ ਨਿਊ ਡੈਲੀ ਸਕੀਮ ਦੇ ਅਧੀਨ ਆਉਂਦੀਆਂ ਨੇ ਜੀ ਪੋਸਟਾਂ ਜਿਦੇ ਵਿੱਚ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਪਲੱਸ 2 ਤੁਸੀਂ ਪਾਸ ਕੀਤੀ ਹੈ ਜੀ ਪੰਜਾਬੀ ਵਿਸ਼ੇ ਨਾਲ 10ਵੀਂ ਪੱਧਰ ਦੇ ਉੱਤੇ ਤੇ 4 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਹੈ ਜੈ ਫੀਲਡ ਐਂਡ ਲੈਬ ਕੋਆਰਡੀਨੇਟਰ ਤੇ ਹੈਲਪਰ ਦਾ ਜੀ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਜਾਂ ਮੈਟ੍ਰਿਕ ਕੀਤੇ ਤੁਸੀਂ ਜੀ ਪੰਜਾਬੀ ਵਿਸ਼ੇ ਨਾਲ 8 ਸਾਲ ਦਾ ਐਕਸਪੀਰੀਅੰਸ ਹੈ ਜਬ ਫਾਇਲਡ ਐਂਡ ਲੈਬ ਕੋਆਰਡੀਨੇਟਰ ਜੂਨੀਅਰ ਹੈਲਪਰ ਦਾ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੀ 18 ਤੋਂ 63 ਸਾਲ ਉਮਰ ਸੀਮਾ ਰੱਖੀ ਗਈ ਜੀ ਇਥੇ ਵਿੱਚ ਪ੍ਰੈਫਰੈਂਸ ਦੀ ਗੱਲ ਕਰੀ ਤਾਂ ਪ੍ਰੈਫਰੈਂਸ ਲਿਖਿਆ ਹੋਇਆ ਕਿ ਉਹਨਾਂ ਕੈਂਡੀਡੇਟ ਨੂੰ ਦਿੱਤੇ ਜਾਵੇਗੀ ਜੂ ਹੂ ਆਲਰੇਡੀ ਅਸਿਸਟਿੰਗ ਇਨ ਦਾ ਕੰਡਕਟ ਆਫ ਫੀਲ ਐਕਸਪੈਰੀਮੈਂਟਸ ਆਫ ਹੈਂਡਲਿੰਗ ਆਫ ਸੈਂਪਲਸ ਫਾਰ ਲੈਬੋਰੀ ਟਰੀ ਅਨਾਲਿਸਿਸ ਜੀ ਇਸ ਦੇ ਵਿੱਚ ਕਰਨ ਨੂੰ ਦੱਸ ਦਈਏ ਜੋ ਉੱਪਰ ਵਾਲਾ ਕ੍ਰਾਈਟੇਰੀਆ ਤੁਸੀਂ ਫੁੱਲਫਿਲ ਕਰਦੇ ਹੋ ਐਲੀਜੀਬਿਲਟੀ ਬਣਦੀ ਹੈ ਤੁਹਾਡੀ ਤਾਂ ਤੁਸੀਂ ਕੀ ਕਰਨਾ ਹੈਗਾ ਜੀ ਜੋ ਫਾਰਮ ਦਿਖਾਇਆ ਸੀਗਾ ਉਸ ਨੂੰ ਡਾਊਨਲੋਡ ਕਰ ਲੈਣਾ ਜੀ ਉਸ ਦੇ ਨਾਲ ਅਟੈਸਟਡ ਕਾਪੀਜ਼ ਲਗਾ ਦੇਣੀਆਂ ਜੀ ਆਪਣੇ ਸਾਰੇ ਡਿਮਾਂਡ ਆਪਣੇ ਦਸਤਾਵੇਜ਼ ਦੀਆਂ ਤੇ ਇੱਕ ਬੈਂਕ ਦਾ ਡਿਮਾਂਡ ਡਰਾਫਟ ਕਰਾਉਣਾ ਜੋ ਕਿ 50 50 ਰੁਪਏ ਦਾ ਹੋਵੇਗਾ ਜੀ ਇਨ ਦਾ ਫੇਵਰ ਆਫ ਕੰਟਰੋਲਰ ਪੀਏਓ ਲੁਧਿਆਣਾ ਜੋ ਕਿ ਆਫਿਸ ਤੇ ਵਕੇ ਜਮ੍ਹਾਂ ਕਰਾਉਣਾ ਜੀ 31 2023 ਤੋਂ ਪਹਿਲਾਂ ਪਹਿਲਾਂ ਅਤੇ ਸਿਲੈਕਸ਼ਨ ਕਮੇਟੀ ਦੇ ਅੱਗੇ ਜੀ ਇੰਟਰਵਿਊ ਹੋਵੇਗੀ ਜੀ ਜੋ ਕਿ 13/2/2023 ਨੂੰ 11 ਵਜੇ ਹੋਵੇਗੀ ਜੋ एलिजिਬਲ ਕੈਂਡੀਡੇਟ ਹੈਗੇ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਵੇਗਾ ਜੀ ਕੋਈ টিਏਡੀ ਨਹੀਂ ਦਿੱਤਾ ਜਾਵੇਗਾ ਜੀ ਕੁਝ ਟਰਮ ਐਂਡ ਕੰਡੀਸ਼ਨ ਜੇ ਚੰਗੀ ਤਰ੍ਹਾਂ ਪੜ ਕੇ ਫੇਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਅਗਰ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਜੀ ਇਸ ਕਮੈਂਟ ਦਾ ਰਿਪਲਾਈ ਜ਼ਰੂਰ ਕਰਾਂਗੇ ਸੱਟ ਨੂੰ ਇੱਕ ਸੁਪਰ ਥੈਂਕਸ ਜ਼ਰੂਰ ਭੇਜਿਆ ਕਰੋ ਜੀ ਸਾਡੇ ਸ਼ਾਰਟਸ ਦੇ ਉੱਤੇ ਜੀ অপਸ਼ਨ ਆਉਂਦੀ ਹੈ ਸੁਪਰ ਥੈਂਕਸ ਦੀ ਜੋ ਕਿ ਤੁਸੀਂ ਸਿਰਫ 40 ਰੁਪਏ ਤੋਂ ਬਾਏ ਕਰ ਸਕਦੇ ਹੋ ਜਿੰਨੀ ਵੀ ਤੁਹਾਡੀ ਇੱਛਾ ਹੈ ਤੁਸੀਂ ਭੇਜ ਸਕਦੇ ਹੋ 40 ਰੁਪਏ 5000 ਰੁਪਏ ਜਿੰਨੀ ਤੁਹਾਡੀ ਇੱਛਾ ਹੈ ਤੁਸੀਂ ਸਾਨੂੰ ਸੁਪਰ ਥੈਂਕਸ ਭੇਜ ਸਕਦੇ ਹੋ ਜਿਸ ਨਾਲ ਸਾਨੂੰ ਸਪੋਰਟ ਮਿਲੇਗੀ ਤੇ ਅੱਗੇ ਤੋਂ ਨਵੀਆਂ-ਨਵੀਆਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਜੀ ਤੇ اے سی ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ